ਯਾਤਰਾ ਦਾ ਕੀ ਮੰਤਵ ਹੈ? 21 ਫਰਵਰੀ ਨੂੰ ਨਨਕਾਣਾ ਸਾਹਿਬ ਵਿਖੇ ਜਿਹੜੇ ਸ਼ਹੀਦ ਹੋਏ ਸੀ 1921 ਦੇ ਅੰਦਰ ਗੁਰਦੁਆਰੇ ਨੂੰ ਆਜ਼ਾਦ ਕਰਵਾਉਣ ਦੇ ਲਈ ਸਿੱਖ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਅਤੇ ਉਸ ਮੌਕੇ ਹੋ ਰਹੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਅਸੀਂ ਚੱਲੇ ਹਾਂ ਜਿੱਥੇ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਅਤੇ ਬਾਕੀ ਗੁਰੂ ਸਾਹਿਬਾਨ ਗੁਰੂ ਘਰਾਂ ਦੇ ਵੀ ਦਰਸ਼ਨ ਦਾਰੇ ਕਰਕੇ ਜਿਹੜਾ ਹੈਗਾ 24-25 ਤਰੀਕ ਨੂੰ ਵਾਪਸ ਜਿਹੜਾ ਸੀ ਹਿੰਦੁਸਤਾਨ। ਤੁਹਾਡੀ ਅਗਵਾਈ ਹੇਠਲੇ ਸਮੂਹ 'ਚ ਹੋਰ ਕੌਣ ਕੌਣ ਸ਼ਾਮਿਲ ਹੈ ਜੀ? ਕੱਲ੍ਹ ਵੀ ਦਿੱਲੀ ਤੋਂ ਸਿੱਖ ਸੰਗਤ ਦਾ ਜੱਥਾ ਜਿਹੜਾ ਆ ਰਿਹਾ ਅੱਜ ਅਸੀਂ 11-12 ਜਾਣੇ ਚੱਲੇ ਹਾਂ ਅਤੇ ਕੁਛ ਕੱਲ੍ਹ ਨਹੀਂ ਆਉਣਾ। ਸਿੰਘ ਸਾਹਿਬ, ਪਾਕਿਸਤਾਨ 'ਚ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦੀ ਸੁਰੱਖਿਆ 'ਤੇ ਇੱਕ ਵੱਡਾ ਸਵਾਲੀ ਨਿਸ਼ਾਨ ਲੱਗਿਆ ਹੋਇਆ ਕਿਉਂਕਿ ਕਾਫੀ ਘਟਨਾਵਾਂ ਵਾਪਰੀਆਂ, ਤਾਂ ਇਸ ਸੰਬੰਧ ਵਿੱਚ ਕੋਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਊਗੀ? ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਹੈ ਕਿ ਘੱਟ ਗਿਣਤੀਆਂ ਦੇ ਮਨਾਂ ਦੇ ਵਿੱਚ ਸਹਿਮ ਜਿਹੜਾ ਹੈਗਾ ਉਹ ਪੂਰੀ ਦੁਨੀਆ ਦੇ ਅੰਦਰ ਹੀ ਹੈ, ਚਾਹੇ ਕਿਸੇ ਵੀ ਮੁਲਕ ਦੇ ਵਿੱਚ ਘੱਟ ਗਿਣਤੀ ਰਹਿੰਦੀ ਹੈ ਉਹਦੇ ਵਿੱਚ ਮਨ 'ਚ ਸਹਿਮ ਹੈ, ਪਾਕਿਸਤਾਨ 'ਚ ਵੀ ਹੈ, ਹਿੰਦੁਸਤਾਨ 'ਚ ਵੀ ਹੈ। ਕੋਸ਼ਿਸ਼ ਕਰਾਂਗੇ ਜੇ ਕੋਈ ਮਿਲਦਾ ਤਾਂ ਜ਼ਰੂਰ ਪਾਕਿਸਤਾਨ ਦੇ ਵਿੱਚ ਵਾਸਤੇ ਸਿੱਖਾਂ ਜਾਂ ਦੂਸਰੀਆਂ ਜਿਹੜੀਆਂ ਕਮਿਊਨਿਟੀਆਂ ਨੇ ਘੱਟ ਗਿਣਤੀਆਂ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਏਗੀ ਜ਼ਰੂਰ। ਕਿਹੜੇ ਕਿਹੜੇ ਗੁਰਧਾਮਾਂ ਦਰਸ਼ਨਾਂ ਲਈ ਜਾਣਾ ਕਰਨੇ ਅਤੇ ਕਦੋਂ ਵਾਪਸੀ ਹੈ ਜੀ? 24-25 ਨੂੰ ਵਾਪਸੀ ਹੈ, ਪੰਜਾਬ ਸਾਹਿਬ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਡੇਰਾ ਸਾਹਿਬ ਲਾਹੌਰ, ਇਹਨਾਂ ਸਥਾਨਾਂ ਦੇ ਦਰਸ਼ਨ ਕਰਨ ਦਾ ਮਨ।